ਇਸ ਵੇਲੇ ਮੈਦਾਨ ਵਿੱਚ ਰੇਡ ਪਾਉਣ ਦੇ ਲਈ ਵਾਧਾ ਹੋਇਆ। ਕੱਲ ਜਦੋਂ ਰੱਸਾਕੱਸੀ ਦੇ ਮੈਚ ਹੋਏ ਤਾਂ ਮਦਨ ਲਾਲ ਡਟਵਿੰਡੀ ਕਹਿੰਦਾ ਵੀ ਗੱਗੀ ਮੈਚ ਹਾਰਨਾ ਨਹੀਂ, ਜ਼ੋਰ ਜਿੰਨਾ ਮਰਜ਼ੀ ਲੱਗ ਜੇ, ਕੱਲ ਵੀ ਰੱਸਾਕੱਸੀ ਵਿੱਚ ਇਸ ਨਾ ਜਾਂਦਾ ਵੱਡਾ ਜ਼ੋਰ ਲੱਗਿਆ। ਅੱਜ ਵੀ ਮੈਚ ਤਕੜੇ ਖੇਡੇ, ਲਓ ਗੱਗੀ ਅੰਕ ਲੱਗ ਕੇ ਵਾਪਸ ਆਪਣੀ ਟੀਮ ਲਈ ਮੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਜਾਗਰ ਸਿੰਘ ਨਾਮ ਹੈ ਜੱਟ ਦਾ, ਟੇਕ ਧਰਤੀ ਮਾਂ ਨੂੰ ਮੱਥਾ, ਮੈਦਾਨ ਵਿੱਚ ਰੇਡ ਪਾਉਣ ਦੇ ਲਈ ਵਾਧਾ ਹੋਇਆ। ਪਾਈ ਹੋਈ ਕਬੱਡੀ ਨੌਜਵਾਨ ਦੀ ਕਿ ਦੁੱਲਾ ਰੇਡ ਪਾਉਂਦਾ ਹੈ ਧਰਤੀ ਦੇ ਵਿਸ਼ਕੇ, ਦੁੱਲਾ ਰੇਡ ਪਾਉਂਦਾ ਹੈ ਧਰਤੀ ਦੇ ਵਿਸ਼ਕੇ, ਪਿੱਥੋਂ ਵਾਲੇ ਸ਼ੀਰੇ ਦਾ ਬੰਦਾ ਫੜਿਆ ਨਾ ਖਿਸਕੇ, ਮਾਰੇ ਤੌਲ ਫਿਰ ਦੁਨੀਆ ਨੇ ਆਉਂਦੀ ਆ। ਆ ਮੰਗੇ ਮੱਲੇ ਕਹਿ ਲਿਆ ਰੰਗ ਮਿਹਨਤ ਲਿਆਉਂਦੀ ਆ, ਆ ਮੰਗਿਆ ਰੰਗ ਮਿਹਨਤ ਲਿਆਉਂਦੀ ਆ। ਲਓ ਅਗਲੀ ਕਬੱਡੀ ਪਾਉਣ ਦੇ ਲਈ ਆ ਨੌਜਵਾਨ, ਗੱਗੀ ਖੇਡ ਮੈਦਾਨ ਵਿੱਚ ਵਾਧਾ ਹੋਇਆ। ਦੋਦੜਾ ਪਿੰਡ ਤਾਰੀ ਨਾਮ ਆ, ਇੱਕ ਤਾਰੀ ਜੈਤੋ ਵਾਲੇ ਦਾ ਸਾਊਂਡ ਮਸ਼ਹੂਰ ਹੈ। ਆ ਦੋਦੜੇ ਵਾਲਾ ਜੱਟ ਇਧਰਲੇ ਪਾਸੇ ਕਰਦਾ ਹੋਇਆ ਟਰਾਈ। ਲਓ ਖੇਡ ਮੈਦਾਨ ਦੇ 'ਚ ਦੇਖਾਂਗੇ, ਗੱਲ ਵੱਖਰੀ ਜੀ ਹੋਈ ਬਈ। ਨਾਲ ਮਾਸਟਰ ਇੰਦਰਜੀਤ ਜੀ ਦਿਓਲ ਸਾਹਿਬ ਅਤੇ ਨਾਲ ਸ਼ੇਰਾ ਜੀ ਟੁਰਨਾ, ਸਾਡੇ ਵੀਰ 700 ਰੁਪਏ ਦਾ ਮਾਨ ਬੋਲਾ ਤੋਂ ਖੁਸ਼ ਹੋ ਕੇ ਬੁਝਦਾ ਕੀਤਾ। ਲੈ ਮੰਗੇ ਵੀਰ ਛੇੜ ਕਹਾਣੀ ਸੁਣਾਓ ਜਾਂਦੀ ਪਾਈ ਹੋਈ ਕਬੱਡੀ ਦੀ। ਲਓ ਸਿਮਰਜੀਤ ਕਬੱਡੀ ਪਾਉਂਦਾ ਹੋਇਆ ਡੇਰਾ ਬਰਿਆਮਪੁਰ ਦੀ ਟੀਮ ਦੇ ਲਈ। ਉੱਧਰ ਗੁਰਪੇਜ ਸਿੰਘ ਜੀ ਔਲਖ ਕੁੱਤੇ ਵੱਡ ਪਿੰਡ ਤੋਂ ਵੱਡਾ ਮਾਨ ਕਰਦੇ ਆ ਮੱਲੇ ਕਮਲ ਗੱਗੀ ਦੇ ਲਈ 200 ਰੁਪਇਆ, ਜੋ ਲਾਈਵ ਮੈਚ ਤੱਕ ਰਹੇ ਆ ਖੇਡ ਦੇ ਮੈਦਾਨ ਵਿੱਚ, ਲਾਈਵ ਮੈਚ ਤੱਕ ਰਹੇ ਆ ਗੁਰਪੇਜ ਸਿੰਘ ਜੀ ਔਲਖ ਕੁੱਤਾ ਮਿੰਟ ਤੋਂ 200 ਰੁਪਇਆ ਗੱਗੀ ਦੇ ਲਈ ਭੇਜਦੇ ਆ। ਲਓ ਚੱਲਿਆ ਖੇਡ ਮੈਦਾਨ ਵਿੱਚ, ਸਰੂਪ ਸਿੰਘ ਭਿੰਡਰ ਕਬੱਡੀ ਪਾਉਂਦਾ, ਇਹਦੇ ਡੈਡੀ ਨੇ ਕਬੱਡੀ ਖੇਡੀ ਆ, ਸਰਦਾਰ ਵਿਰਸਾ ਸਿੰਘ ਭਿੰਡਰ ਦਾ ਪੁੱਤ ਹੈ। ਲਓ ਚਾਰ ਜਾਫੀ ਸਾਹਮਣੇ ਡੇਰਾ ਬਰਿਆਮਪੁਰ ਦੀ ਟੀਮ ਦੇ ਲਈ, ਅੱਜ 75 ਕਿਲੋ ਭਾਰ ਦਾ ਫਾਈਨਲ ਮੈਚ ਮੇਰੇ ਵੀਰੋ। ਇਹ ਆ ਨੌਜਵਾਨ ਇਸ ਸਮੇਂ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਪੁਆਇੰਟ ਮੇਰੇ ਵੀਰੋ ਸਰੂਪ ਭਿੰਡਰ ਨੇ ਜੋੜ ਦਿੱਤਾ ਡੇਰਾ ਬਾਬਾ ਕਿੰਦਾ ਦੀ ਟੀਮ ਦੇ ਲਈ। ਪਾ ਵੀ ਗੱਭਰੂ ਆ ਕਬੱਡੀ ਅਤੇ ਮਾਈਕ 'ਤੇ ਅਗਲੀ ਗੱਲ ਸ਼ਮਸ਼ੇਰ ਰਾਮੇ ਵਾਲਾ ਕਰੂਗਾ। ਲਓ ਖੇਡ ਮੈਦਾਨ ਵਿੱਚ ਇਧਰਲੇ ਪਾਸੇ ਨੌਜਵਾਨ ਜਾਗਰ ਸਿੰਘ ਮੇਰੇ ਵੀਰੋ ਰੇਡ ਪਾਉਣ ਦੇ ਲਈ ਵਧਿਆ ਹੋਇਆ। ਉਧਰਲੇ ਪਾਸੇ ਨਾਲ ਪੰਡਤ ਮਾਖੇ ਵਾਲੀ ਆ ਅਤੇ ਨਾਲ ਲਾਭਾ ਅਤੇ ਦੂਸਰੇ ਪਾਸੇ ਨਾਗ, ਇਹਨੂੰ ਕਹਿੰਦੇ ਆ ਲਾਭਾ। ਲਓ ਟੱਕਰ ਸ਼ੇਰਾਂ ਦੀ, ਇੱਕ ਲਾਭਾ ਸੰਗਤ ਮੰਡੀ ਦਾ ਜੋ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ। ਲਓ ਦਦਾਰ ਸਿੰਘ ਜੀ ਜੱਜ ਸਾਹਿਬ ਐਨ ਪੂਰੇ ਖੁਸ਼ ਨਜ਼ਰ ਆ ਰਹੇ ਆ। ਲਓ ਮੈਦਾਨ ਵਿੱਚ ਬੁਆਂਡ ਲੱਗ ਕੇ ਆ ਖਿਡਾਰੀ ਵਾਪਸ ਜਾਂਦਾ ਹੋਇਆ, ਧਾਰਸੂਲ ਪਿੰਡ ਹੈ ਅਤੇ ਬੱਬਲ ਸਿੰਘ ਨਾਂ ਇਸ ਖਿਡਾਰੀ ਦਾ। ਲਓ ਧਾਰਸੂਲ ਦਾ ਬੱਬਲ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਉਹਦੇ ਪਾਸੇ ਬੱਬੂ ਅਤੇ ਨਾਲ ਖੀਰਾ, ਇਹਨੂੰ ਕਹਿੰਦੇ ਆ ਬੱਬੂ, ਇੱਕ ਪੜਾਣੇ ਦਾ ਇੱਕ ਬੱਬੂ ਜਲਾਲ ਦਾ, ਜਿੱਥੋਂ ਦਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਨਕ, ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ। ਕੀ ਤੇਰੇ ਟਿੱਲੇ ਤੋਂ ਸੂਰਤ ਦੀ ਨਹੀਂ ਹੀਰ ਦੀ, ਆਲਾ ਵੇ ਗੋਰਖਾ ਉੜਦੀ ਹੈ ਫੁਲਕਾਰੀ। ਕੀ ਤੇਰੇ ਟਿੱਲੇ ਤੋਂ ਸੂਰਤ ਦੀ ਨਹੀਂ ਹੀਰ ਦੀ। ਲਓ ਸਿਮਰਜੀਤ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਲੈ ਮੰਗੇ ਵੀਰ ਛੇੜ ਕਹਾਣੀ ਇਸ ਨੌਜਵਾਨ ਦੀ ਪਾਈ ਹੋਈ ਕਬੱਡੀ ਦੀ। ਲਓ ਖੇਡ ਦੇ ਮੈਦਾਨ ਵਿੱਚ ਚਾਰ ਜਾਫੀ ਹੈ, ਪਾਲਾ ਸ਼ਰਮਾ ਮਾਖੇ ਵਾਲੇ ਪਿੰਡ ਦਾ, ਨਾਲ ਮੱਲੇ ਕਮਲਾ ਲਾਭਾ ਅਤੇ ਦਾਦੂ ਵਾਲੇ ਗਾਜੀ ਦਾ ਜੋਸ਼ ਹਰ ਹੈ। ਡਬਲ ਟੱਚ ਹੋ ਗਿਆ ਪੁਆਇੰਟ ਮੇਰੇ ਵੀਰੋ, ਰੇਡਰ ਦੇ ਲਈ ਜੁੜ ਚੁੱਕਿਆ, ਟੱਚ ਹਰਦੀਪ ਸਿੰਘ ਦੇ ਹੋ ਗਿਆ। ਪਾ ਵੀ ਗੱਗੀ ਕਬੱਡੀ, ਉੱਧਰ ਹਲਕੀ ਜੀ ਸੱਟ ਮਹਿਸੂਸ ਕਰਦਾ ਬੱਬਲ, ਬਾਡੀ ਸਪਰੇਅ ਗਰਾਊਂਡ ਵਿੱਚ ਦੇ ਦਿਓ ਜੀ, ਮੇਰੀ ਬੇਨਤੀ ਹੈ ਪ੍ਰਬੰਧਕਾਂ ਨੂੰ ਬਾਡੀ ਸਪਰੇਅ। ਲਓ ਗੱਗੀ ਮੱਲੇ ਕਮਲਾ ਕਬੱਡੀ ਪਾਉਂਦਾ ਹੋਇਆ ਸਾਹਮਣੇ, ਚਾਰ ਜਾਫੀ ਮੇਰੇ ਵੀਰੋ ਸਾਹਮਣਾ ਕਰਦੇ ਆ, ਕਿਹੜਾ ਨੌਜਵਾਨ ਇਸ ਸਮੇਂ ਜੱਫੇ ਦੀ ਗੱਲ ਕਰੇਗਾ। ਲਓ ਖੇਡ ਦੇ ਮੈਦਾਨ ਵਿੱਚ ਪੁਆਇੰਟ ਗੱਗੀ ਮੱਲੇ ਕਮਲ ਆਪਦੀ ਟੀਮ ਦੇ ਲਈ ਜੋੜ ਗਿਆ। ਪਾ ਵੀ ਗੱਭਰੂ ਆ ਕਬੱਡੀ, ਅਗਲੀ ਕਬੱਡੀ ਡੇਰਾ ਬਰਿਆਮਪੁਰ ਦੀ ਟੀਮ ਬਣੀ ਉਹ ਪੈਂਦੀ ਹੈ ਫਾਈਨਲ ਮੈਚ, ਅੱਜ ਯਾਦਗਾਰੀ ਪਲ ਬਣ ਗਿਆ ਮੇਰੇ ਵੀਰੋ। ਲਓ ਇੱਕ ਪਾਸੇ ਬਰਿਆਮਪੁਰ ਦੀ ਟੀਮ, ਦੂਸਰੇ ਪਾਸੇ ਡੇਰੇ ਬਾਬਾ ਕਹਿੰਦਾ ਦੀ ਹੈ। ਸਾਹਮਣੇ ਚਾਰਾਂ ਜਾਫੀਆਂ ਵਿੱਚੋਂ ਕਿਹੜਾ ਨੌਜਵਾਨ ਜੱਫੇ ਦੀ ਗੱਲ ਕਰੇਗਾ। ਲਓ ਮੱਲੇ ਕਮਲ ਨਾਗ, ਨਾਲ ਹਰਦੀਪ ਖੁਸ਼ੀ, ਨਾਲ ਲਾਭਾ ਅਤੇ ਨਾਲ ਪੰਡਿਤ, ਇਹ ਆ ਮਨਾਗ ਮੱਲੇ ਕਮਲ। ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ 75 ਕਿਲੋ ਭਾਰ ਦਾ ਮੈਚ ਹੈ, ਕੱਲ੍ਹ ਨੂੰ ਗੱਲ ਜ਼ਿਲ੍ਹਾ ਪੱਧਰ ਓਪਨ ਵਿੱਚ ਹੋਵੇਗੀ। ਲਓ ਪੁਆਇੰਟ ਇਸ ਸਮੇਂ ਰੇਡਰ ਦਾ, ਪਾਵੀ ਸਰੂਪ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਗੱਲ ਸ਼ਮਸ਼ੇਰ ਕਰੂਗਾ। ਲਓ ਸਰੂਪ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਵੱਡਾ ਧੰਨਵਾਦ ਬੀਜਾ ਪੁਆਇੰਟ ਵਾਲੇ ਸੱਜਣਾਂ ਦਾ, ਬਹੁਤ ਸਾਰਾ ਮਾਣ ਭੇਜਦੇ ਬੋਲਾਂ ਤੋਂ ਖੁਸ਼ ਹੋ ਕੇ। ਲਓ ਸਰੂਪ ਪਿੰਡਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਦੋਦੜੇ ਵਾਲਿਆ ਤਾਰੀ ਅਤੇ ਨਾਲ ਦੇਖੋ ਕਹਿੰਦੇ ਖੀਰਾ, ਆ ਨੌਜਵਾਨ ਖੀਰਾ, ਬੱਲੇ ਸ਼ਾਬਾ ਨਹੀਂ ਰੀਸਾ, ਖੜਕਾ ਦੜਕਾ ਖੜਕਾ ਦੜਕਾ, ਛੱਡਦੇ ਛੋਟਿਆ ਵੀਰਾ, ਕਰਨੀ ਰੀ ਸ਼ਰਾਬੀਆਂ ਦੀ, ਵੇਖ ਪਟਾਕੇ ਪੈਂਦੇ ਕੌਡੀ ਕੌਡੀ ਕੌਡੀ, ਖੇਡ ਪੰਜਾਬੀਆਂ ਦੀ, ਕੌਡੀ ਖੇਡ ਪੰਜਾਬੀਆਂ ਦੀ। ਆ ਚੱਲਿਆ ਅੰਕ ਲੈ ਕੇ ਨੌਜਵਾਨ ਇਸ ਵੇਲੇ, ਬਹੁਤ ਸੋਹਣਾ
अंक अपनी टीम के लिए जोड़ता होया कि कोच बड़े ने भावे पंजाब अंदर, कोच बड़े ने भावे पंजाब अंदर, कोच लभना नहीं देवी दयाल वर्गा प्रधानमंत्री देश के दे भी बन गए, प्रधानमंत्री बनना नहीं इंद्र कुमार गुजराल वर्गा, बन सवनिया सब्जियां रोज खाइए आनंद आना नहीं लंगर की दाल वर्गा, तार जंगी राणिया कसियां खाल होए बके पर नज़ारा कित्थे धोरी खाल वर्गा, नज़ारा कित्थे धोरी खाल वर्गा। लो गगी मल्ले कमला कबड्डी पा रहा है, सामने चार जाफी बिल्कुल तैयार पर तैयार है, ये आ खीरा नौजवान समेटे ना ब्रह्मपुरी नंगल करा जिले मानसा वाला, एक पासे मल्ले कमला जिले सरसे हरियाणे का, ये नौजवान पॉइंट ऑफ द टीम के लिए जोड़ गया है। लो उधर बबल सट महसूस कर रहा है गोडे उपर, जे कोई अंगा पैर का सियाणा तो जरूर ग्राउंड चाहे गोडे की सट लगी है, बबल धारसूल वाले नौजवान दे वाहगुरु सच्चे पातशाह मेहर करे ना खिडारियों से, आ मुंडा कबड्डी पाने लिए जागर सिंह नाम है जट का, मार पड़ते थापी मैदान में वाधा होया नाल लाभा नौजवान डेरा बाबा किंदा दी टीम का खिडारी, माण करदा जसकौर बराड़, माण करदा सलवेर प्रधान, माण करदा मखण साडा वीर, आओ देख ला भी डाढ़ा दुख मना गई बजे बखी विच हूरे दा, आ बंद पिया दरवाजा ज्यों फाटक कोट कपूरे का, उहदे पासे शेरा टुरना जी, बहुत सारा माण बे दे धन्नवाद है। लै मेरा साथी बुलारा मंगा वीर गल करेगा सनाजोन की, लै सुखी पुटर मल्ले कमला पॉइंट ऑफ द टीम के लिए जोड़ गया है, अज वड्डे ऐलान होए है करमजीत जी कोच साहब फकर चंदिया वाले दे सदे ते, गुलजार सिंह जी गिल व्यापारी साहब बहुत सारा माण बे दे वड्डा धन्नवाद है। लो देखो पंडित माखे वाली है इस वेले कोशिश करता, बहुत वधिया नज़ारा इस वेले मैदान दे चब्बा देखांगे, अंक अपनी टीम दे वास्ते इस वेले जोड़दा होया, चल भी मंगे वीर। लो शहरी पिंडर 100 रुपया लाभे दे लई मान करदा जफ्फे तो खुश होके, लो सरूप पिंडर दा वीर है खेड दे मैदान विच चार जाफी सामना करदे है, ये आ नौजवान खीरा मेरे वीरो ब्रह्मपुरी वाला जफ्फा नहीं ला सकिया, पॉइंट जिहड़ा इस समय रेडर दे लई जुड़ गया है, पा भी गभरू है कबड्डी, लो सामने तकदे भी तीन जाफी सामना करते हैं, मल्ले कमले कि नौजवान जफे की गल करेगा, करमजीत सिंह जी कोच फकर झंडिया वाले उन्होंने मोह परे सदे तेज पंडित मल्ले की टीम के लिए खेडिया, कुल्ला वाले जलसे के सदे से बबल हरियाणे वाला धारसूल वाला मल्ले की टीम के लिए खेडिया, लो लाभा मल्ले कमला खेडते मैदान में कोशिश करता तो पर पॉइंट रेडर ली लाभ्या फाउल नहीं खेडना, ठिबी प्यार लाउनी है क्योंकि कई बार सट लग जाती है, ठंड काफ़ी है, पा भी गगी कबड्डी गोरा गगी गोपी तिने रेडर चोटी दे ते मीका दीपा लड्डू नहीं फिर किसी तो रोकी दे कि गुट नू फड़ के मारे कैंची प्रेम झनेरां दा, खेड कबड्डी खेडना शौक पंजाबी शेरां दा, सामने खालसा जी लाओ बल्ले बल्ले करवाउण लगे भर लिया बगला, कैंची की गल हो गई है मेरे वीरो, लो समय की उड़ीक है तीन सकिंटा की मुहताज खेड है कबड्डी, लो मल्ले कमला गगी डकिया जा चुका है ते पॉइंट मेरे वीरो देख दिया भी किधरले पासे, लो ये आ नौजवान बब्बू इस वेले अंक जोड़ता है, हरजिंदर सिंह जी एमसी वार्ड नंबर 7 बौसरा मान जिहड़ा बोलों तो खुश होकर भेजा, आओ बल्ले जवाना इनू कहंदे आ नौजवान इस वेले पंडित जफा ला रहे मेरे दर्शकी रो, लो ढोई दे उपर थोड़ी जी खिच बजी है, ये सिमरजीत सिंह ने बहुत सोहनिया कबड्डिया पाइया है, फाइनल मैच की गल है, मूह सपरे दियो जी ढिलों साहब इधर जिला मद रोपण के मैच सुबह जल्दी होणगे, जिहड़ियां टीमां दे खिडारी अज इत्थे आवाज़ सुनदे आ जिला पद्धर वाले वो फोन करदे आ टीमां नूं, तासे नरेंद्र जी संधू पंजाब वाले कहिंदे जिन्ने जफे नौजवान बब्बू लाऊगा सिख सरदार उन्ने मान सम्मान जिहड़े दित्ते जाणगे, लो खेड मैदान में समय एक मिनट वरे, ओके जी ओके, माइक अप टू शमशेर राम, लो खेड मैदान जाकर इस वे कबड्डी पा रहा है,
बाद पाई हुई कबड्डी के नाल यह आ गभरू कहते हरदीप सिंह ट्राई करता अंक अपनी टीम के लिए जोड़ता होया हो ही जाता रोज़ पेट्रोल महंगा हो ही जाता रोज़ पेट्रोल महंगा चंगा रहूगा साइकिल सवार अजक हक सच की कोई नहीं खबर होंगी पक्ष पार्टियां का पूरे अखबार अजक जारी दोस्ती सरीकी विच फर्क पाँगा पैसा दे ना यारो उधार अजक तार जंगी राणिया जट का बदनाम एवें बांधू पींदिया पंडित करियाड़ अजक बाधू पींदिया पंडित करियाड़ अजक लाओ जागर कबड्डी पारिया मैदान ते नाल लाभा ते नाल पंडित ते नाल इसलिए नाग ते हरदीप सिंह आ देख ला भी ना कोशिश करता अंक लैके भजदा होया अंक अपनी टीम के लिए जोड़ता लै बई मंगे करी गल इस नौजवान की उधर कुत्ते वाले मिलो भाई सत्ता औलख ते गुरभेज औलख भाई जगदेव बराड़ ते राणा कबड्डी खिडारी वो गगी जी 100-100 रुपये के माण करते जो लाइव देख रहे हैं नाल ही 100-100 रुपया मेरे लिए इन्होंने बोलों तो मान करते हैं लाओ खेड मैदान में गगी मल्ले कमला सामने खालसा जी लाओ भर लिया बगलों फिर बल्ले 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 हो ही पैया खेड के मैदान में मेरे वीरो जो फल लगू या नहीं ये समय का फैसला होगा जो फल लगू या नहीं पर पॉइंट समय जाफिया का नरेंद्र सद्धू पंजाब बनियो 100 रुपये वाह जी वाह क्योंकि मान किया चेता खिडारी है हाँ जिन्हें जफे बब्बू सिख सरदार लाऊ उन्हें मान सम्मान मंगया कर गल जागर नौजवान की लो जागर कबड्डी पा रहा है चारा जाफिया पंडित कर पंडितों के मुर्ग रिज गए नहीं मुंडे बाणिया के दारू पीण खिंच गए नहीं लो इस समय जागर नौजवान पॉइंट आप दी टीम के लिए जोड़ गया है पा भी कबरूआ कबड्डी लो फाइनल मैच की गल मेरे वीरों खेड मैदान में होंगी है लो सरूप सिंह पिंडर मार पट उ थापी कबड्डी बना हो लो सामने चार जाफी बिल्कुल तैयार बार है कि नौजवान इस समय जफे की गल करेगा कबड्डी 75 किलो भार का फाइनल मैच इधर बब्बू सिख सरदार पर पॉइंट समय रेडर का पॉइंट धावी का लो मैच की समाप्ति हो गई है लो ये रिजल्ट अनाउंस कर दो जी इधरले पासे अंकों का वेरवा दसांगे इधर करो जी किरण जल्दी चलते मैच दे विचों मैच बड़ा फसमा रहा जो डेरा बाबा बरियामपुरी दे प्लांट दोस्तों 13 ने जो नंगल कलां जिला मानसा की टीम है ते डेरा बाबा किंदा दे पॉइंट ने 12, 13, 14, 14.5 जेतू टीम मार दो ताड़ियाँ लख लख मुबारक लै बब्बू 200 रुपया मेरे तो लै जा साढ़े नरेंद्र जी संधु पंजाब वाले दा ते सारे दा बहुत बहुत धन्यवाद सारी साध संगत दा सत्कार जो प्रबंधक कमेटी दा अवतार सिंह जी प्रधान थिंद साहब साढ़े सत्कार योग अंकल जी ज्यौदे रहो बहुत वधिया सरूप पिंडर हरदीप होनी साढ़े वीर है कंग्रेचुलेशन तुहानू मुबारकां ने दोनों टीमों लई वाह भाई वाह भाई मैं कहना काल ना कर मलकीत जी गिल साहब वो ग्राउंड दे चान बबल तारसू के माखे वाली पंडित का जिहड़ा मान सम्मान इस मैदान में होने जा रहा है दोनों प्लेयर आ जाए बहुत सोहना प्रदर्शन किया साढ़े वीर ने माखे वाली पंडित दो वीर कबड्डी खेलते हैं जिदा सेवक सरामा तो सुखबीर सरामा वह भी दो वीर कबड्डी खेलते जां गुरप्री दे जंगी आना तो कुलविंदर जंगी आने की गल हो दो सके वीर कबड्डी खेलते नहीं माइक उबर मास्टर जी बहुत बहुत धन्यवाद मैं क्लब के प्रधान अवतार सिंह थिंद
ਮੈਂ ਕਹਾਂਗਾ ਕਿ ਆਉਣ ਤੇ ਪਲੇਅਰਾਂ ਨੂੰ ਫਸਟ ਟੀਮ ਨੂੰ ਇਨਾਮ ਦੇਣ। ਅਵਤਾਰ ਸਿੰਘ ਜੀ ਪ੍ਰਧਾਨ ਲਿਓ ਕੱਪ ਲਿਓ। ਆਓ ਪ੍ਰਧਾਨ ਜੀ, ਆਓ ਨਾਲ ਕਲੱਬ ਦੇ ਮੈਂਬਰ ਵੀ ਆਓ ਜੀ, ਆ ਜਾਓ ਕਲੱਬ ਦੇ ਮੈਂਬਰ ਵੀ ਨਾਲ ਆਓ ਜੀ। ਫਸਟ ਟੀਮ ਨੂੰ ਜੇਤੂ ਕਰਾਰ ਦਿੱਤਾ, ਜ਼ਿਲ੍ਹੇ ਨੂੰ ਫਸਟ ਟੀਮ ਨੂੰ ਜੋ ਇਨਾਮ ਹੈ, ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਜੀ ਅਤੇ ਕਲੱਬ ਦੇ ਮੈਂਬਰ ਇਨਾਮ ਅਤੇ ਟਰੋਫੀ ਦੇ ਕੇ ਸਨਮਾਨਿਤ ਕਰ ਰਹੇ ਨੇ। ਸੁਰਿੰਦਰ ਸਿੰਘ ਜੀ, ਸੁਰਿੰਦਰ ਸਿੰਘ ਵਿਰਕ ਅਤੇ ਮੱਖਣ ਐਮ ਸੀ ਜੀ, ਆਓ ਵੀਰ ਤੁਸੀਂ ਵੀ ਆਓ, ਇਨਾਮ ਦਿਓ ਟੀਮਾਂ ਨੂੰ। ਪਚੱਤਰ ਕਿਲੋ ਭਾਰ ਟੀਮ ਦੀ ਫਸਟ ਟੀਮ ਨੂੰ ਸਾਡੇ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨ ਟਰੋਫੀ ਅਤੇ ਪ੍ਰਾਈਜ਼, ਜੋ ਫਸਟ ਪ੍ਰਾਈਜ਼ ਆ ਉਹਨਾਂ ਦਾ, ਉਹ ਦੇ ਕੇ ਸਨਮਾਨਿਤ ਕਰ ਰਹੇ ਨੇ। ਹੁਣ ਮੈਂ ਸੈਕਿੰਡ ਟੀਮ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਪ੍ਰਾਈਜ਼ ਪ੍ਰਾਪਤ ਕਰਨ ਸਾਡੇ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨਾਂ ਤੋਂ। ਚਲੇ ਜਾਓ ਕੋਈ ਗੱਲ ਨਹੀਂ, ਸੈਕਿੰਡ ਟੀਮ ਨੂੰ 75 ਕਿਲੋ ਗ੍ਰਾਮ ਰਾਮ ਦੀ ਕਲੱਬ ਦੇ ਮੈਂਬਰ ਅਤੇ ਪ੍ਰਧਾਨ ਜੀ, ਉਹਨਾਂ ਦਾ ਸਨਮਾਨ ਅਤੇ ਟਰੋਫੀ ਦੇ ਕੇ ਸਨਮਾਨ ਕਰ ਰਹੇ ਨੇ। ਹਾਂ ਤਾਰੀ ਵੀਰ ਕਿੱਥੇ ਬਈ, ਕੋਈ ਗੱਲ ਇੱਕ ਮਿੰਟ ਬਹੁਤ ਬਹੁਤ ਧੰਨਵਾਦ। ਅਤੇ ਕਮੇਟੀ ਮੈਂਬਰ ਸਾਹਿਬਾਨ ਕੋਈ ਵੀ ਨਾ ਜਾਣ, ਸਾਰੇ ਸਟੇਜ ਦੇ ਕੋਲ ਆ ਜਾਣ, ਕਿ ਉਹ ਸਵੇਰ ਦੀ ਰੂਪ ਰੇਖਾ ਆਪਾਂ ਤਿਆਰ ਕਰਨੀ ਹੈ। ਹਾਂਜੀ ਆ ਗਏ।